ਇਹ ਇੱਕ 1.8 ਮੀਟਰ ਲੰਬੇ ਡੋਰੀ ਵਾਲੇ ਲੂਪ ਨਾਲ ਤੁਸੀਂ ਕ੍ਰੋਸ ਆਕਾਰ ਦਾ ਮੱਛਰ ਬਣਾ ਸਕਦੇ ਹੋ। ਇਹ ਤੁਹਾਡੇ ਕੰਨ ਦੇ ਕੋਲ ਆਪਣੀ ਆਵਾਜ਼ਾਂ ਬਜ਼ ਕਰੇਗਾ। ਤੁਸੀਂ ਦਿਖਾਏ ਅਨੁਸਾਰ ਇਸ ਨੂੰ ਬਣਾਓ ਤਾਂ ਇਹ ਬਹੁਤ ਆਸਾਨ ਬਣ ਜਾਵੇ, ਆਸਾਨੀ ਨਾਲ ਬਣ ਜਾਵੇਗਾ। ਤੁਸੀਂ ਆਪਣੀਆਂ ਹਥੇਲੀ ਨਾਲ ਇਸ ਨੂੰ ਕੁਚਲ ਸਕਦੇ ਹੋ। ਜਦ ਤੁਸੀਂ ਆਪਣੇ ਹੱਥ ਪਿੱਛੇ ਕਰੋਗੇ ਇਹ ਅਚਾਨਕ ਗਾਇਬ ਹੋ ਜਾਏਗਾ। ਇਹ ਅਭਿਆਸ ਆਪਣੇ ਹੱਥ ਅਤੇ ਅੱਖ ਦੇ ਤਾਲਮੇਲ ਦਾ ਵਧੀਆ ਤਰੀਕਾ ਹੈ।